राधे हनेरे दे विच बदमाशां दे वलो एक एडवोकेट दी गड्डी पनी गई है। तां दसदी है कि इन्हां दे वलो 5 तों 7 गड्डियां दा वड्डा नुकसान कर दिता गया। सीसीटीवी कैमरे दे विच बदमाश गड्डियां नूं भन्नदे होए कैद हो जांदे ने। दसदी है कि पूरा मामला लुधियाणा तों सामने आया जिथे देर रात बदमाश गड्डियां भन्नदे होए नजर आ रहे ने। तां इन्हां दे वलों एक इलाके दे विच 5 तों 7 गड्डियां दे शीशे भन्ने गए ने जो कि सीसीटीवी कैमरे दे विच वी कैद हो जांदे ने। तां तस्वीरां च वेख सकदे हो कि दो बदमाश हुंदे ने जो कि पैदल आउंदे ने। तां इन्हां दे वलों मौके ते एक गड्डी दा भारी नुकसान कीता जांदा है जिथे कि हेठां एक वड्डा पत्थर पिया हुंदा है जिन्हां दे विचों एक बदमाश इस पत्थर नूं चुकदा होया इस गड्डी दे पीछे वाले शीशे ते मार दिंदा जिस करके शीशा चकना चूर हो जांदा है। जिस तों बाद इह अगे वी कई गड्डियां दा भारी नुकसान कर दिंदे ने। तां मिली जानकारी अनुसार इन्हां दे वल्लों 5 तों 7 गड्डियां दे इह शीशे तोड़े गए ने जिस तों बाद इह मौके तों फरार हो जांदे ने। तां अगले दिन जद इन्हां दे वल्लों आ के वेख्या जांदा है तां इन्हां नूं अपनी गड्डी दे नुकसान दा पता लगदा है जिस तों बाद सीसीटीवी फुटेज खंगाले गए तां दो बदमाश सीसीटीवी कैमरे दे विच कैद हो जांदे ने। जिस तों बाद पूरा मामला पुलिस दे कोल पहुंचदा है ते पुलिस दे वल्लों हुण सीसीटीवी दे आधार ते इन्हां दोनां बदमाशां दी भाल कीती जा रही है। ਮੈਨੂੰ ਤਾਂ ਪਤਾ ਨਹੀਂ, ਸਾਨੂੰ ਉਹਦਾ ਸਵੇਰੇ ਪਤਾ ਚੱਲਿਆ ਕਿ ਵੀ ਇਸ ਤਰ੍ਹਾਂ ਕਰਕੇ ਗੱਡੀ ਟੁੱਟੀ ਆ। ਮੇਰੇ ਬ੍ਰਦਰ ਨਾਲ ਹੀ ਰਹਿੰਦੇ, ਉਹ ਕਹਿੰਦੇ ਗੱਡੀ ਦੇ ਸ਼ੀਸ਼ੇ ਟੁੱਟਿਆ ਹੋਇਆ। ਮੈਂ ਸਵੇਰੇ ਬੱਚੇ ਨੂੰ ਸਕੂਲ ਛੱਡਿਆ, ਮੈਂ ਸਕੂਲ ਤੋਂ ਆ ਕੇ ਦੇਖਦਾ ਤਾਂ ਵਿੱਚ ਦੇਖਿਆ ਵਿੱਚ ਪੱਥਰ ਪਿਆ ਹੋਇਆ ਅਤੇ ਗੱਡੀ ਦੇ ਸ਼ੀਸ਼ੇ ਟੁੱਟਿਆ ਹੋਇਆ। ਉਹ ਹੁਣ ਪਤਾ ਚੱਲ ਰਿਹਾ ਵੀ ਉਹ 5-7 ਗੱਡੀਆਂ 'ਤੇ ਤੋੜ ਕੇ ਗਏ ਹੋਏ ਆ। ਲੇਕਿਨ ਮੈਨੂੰ ਮੇਰੀ ਗੱਡੀ ਦਾ ਸੀਗਾ, ਮੈਂ ਕਿਹਾ ਚਲੋ ਕਿਸੇ ਨੇ ਰੰਜਿਸ਼ ਕੀਤਾ ਹੋਣਾ, ਕਿਸੇ ਨੇ ਉਹ ਕੀਤੀ ਹੋਣੀ ਆ। ਬਟ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਹੈਗਾ ਆ ਨਸ਼ੇੜੇ ਬੰਦਿਆਂ ਦੁਆਰਾ ਕੀਤਾ ਗਿਆ ਆ, ਅਣਪਛਾਤੇ ਜਿਹੜੇ ਬੰਦੇ ਸੀਗੇ। 2 ਬੰਦੇ ਆਏ ਆ ਨਜ਼ਰ। ਹਾਂਜੀ, ਕਿੰਨੇ ਕੁ ਵਜੇ ਦੀ ਘਟਨਾ ਵੈਸੇ ਆਈਡੀਆ? ਇਹ ਤਕਰੀਬਨ 1 ਤੋਂ 1.5 ਦੇ ਵਿਚਕਾਰ ਦੀ ਹੈਗੀ ਆ ਜੀ। ਪੁਰਾਣੀ ਕੋਈ ਰੰਜਿਸ਼ ਸੀਗੀ ਉਹਨਾਂ ਦੇ ਨਾਲ ਜਾਂ? ਨਹੀਂ ਨਹੀਂ, ਕੋਈ ਰੰਜਿਸ਼ ਨਹੀਂ। ਗੱਡੀ ਸਰ ਰੋਜ਼ਾਨਾ ਇੱਥੇ ਖੜੀ ਰਹਿੰਦੀ ਹੈ? ਬਿਲਕੁਲ ਜੀ, ਹੋਰ ਵੀ ਕਿੰਨੀਆਂ ਗੱਡੀਆਂ ਖੜਦੀਆਂ, ਕਿਤੇ 24-25 ਗੱਡੀਆਂ ਖੜਦੀਆਂ ਆਇਆ ਸੀ। ਕਿੰਨੀਆਂ ਗੱਡੀਆਂ ਭੰਨ ਕੇ ਗਏ ਨੇ? ਸੁਣਿਆ 7-8 ਗੱਡੀਆਂ ਹੈਗੀ ਆ ਪਿੱਛੇ ਮਹੱਲੇ ਦੇ ਵਿੱਚ ਵੀ, ਬੈਕ ਸਾਈਡ ਮਹੱਲੇ ਵੀ ਗੱਡੀਆਂ ਨੇ, ਗੱਡੀਆਂ ਖੜਦੀਆਂ, ਉਹਨਾਂ ਦੇ ਵੀ ਤੋੜ ਕੇ ਗਏ ਆ ਸ਼ੀਸ਼ੇ। ਕਹਿਣ ਦਾ ਮਤਲਬ ਉਹਨਾਂ ਦਾ ਮਕਸਦ ਸ਼ੀਸ਼ੇ ਤੋੜਨਾ ਹੀ ਸੀਗਾ? ਹਾਂਜੀ, ਰੰਜਿਸ਼ ਕਰਾਂ। ਨਹੀਂ, ਕਿਹੜੇ ਏਰੀਆ ਦੇ ਵਿੱਚ ਹੈਗਾ ਜੀ? ਇਹ ਅਜੀਤ ਨਗਰ ਪੈਂਦਾ ਜੀ। ਕਿਹੜੀ ਜਗ੍ਹਾ ਅਜੀਤ ਨਗਰ ਪੈਂਦਾ ਹੈ? ਇਹ ਮਿੰਨੀ ਰੋਜ਼ ਗਾਰਡਨ ਦੇ ਬਿਲਕੁਲ ਸਾਹਮਣੇ। ਨਹੀਂ, ਮੈਂ ਦੇਣ ਲੱਗਾ ਸੀਗਾ ਕਿਉਂਕਿ ਮੈਨੂੰ, ਮੈਂ ਸੋਚਿਆ ਜੀ ਮੇਰੇ ਇਕੱਲੇ ਦੀ ਆ, ਲੇਕਿਨ ਉਹ 6-7 ਜਣੇ ਹੋਰ ਆ, ਉਹ ਵੀ ਇਕੱਠੇ ਹੋ ਕੇ ਜਾਣ ਲੱਗੇ ਆ। ਪੀ ਆਈ ਡਿਵੀਜ਼ਨ ਨੰਬਰ 2। ਹਾਂਜੀ, ਕਰਨੀ ਜਾਣਾ ਹੈ। ਉਹਨਾਂ ਦੇ ਨਕੇਲ ਪਾਈ ਜਾਵੇ, ਜੇ ਪਛਾਣ ਹੁੰਦੀ ਆ ਤਾਂ ਉਹਨਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਿਲਕੁਲ ਜੀ, ਬਿਲਕੁਲ 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 ਕਰਾਵਾਂਗੇ, ਬਿਲਕੁਲ ਕਰਾਵਾਂਗੇ। ਠੀਕ ਹੈ ਜੀ।